किसान वीरों ते भैनों जय हिंद, लैके हाजिर हाँ तुहाडा अपना प्रोग्राम मेरा पिंड मेरे खेत। जिवें तुसीं जानदे हो कि असी वख-वख दिनां च वख-वख विशियां ते वख-वख माहरां नाल गलबात करदे ही रहिंदे हां। अज भी साडे कोल ने डॉक्टर हरदेव सिंह। डॉक्टर साहब जय हिंद जी। जय हिंद मठा सिंह जी। जय हिंद नपिंदर जी। जय हिंद मठा सिंह जी। जय हिंद। की हाल तुहाडा? ठीक हो? बहुत वधिया। देखो जी मालिक दी कृपा हो रही आ जी। बड़े दिनां बाद ही दर्शन होए तुहाडे। बस मठा सिंह जी मैं घरेलू कम्मां च ही थोड़ा रुझिया होया सी। अच्छा। ਤੇ ਮੈਂ ਕਿਹਾ ਵੀ ਐਤਕੀ ਘਰੇਲੂ ਬਗੀਚੀ ਦਾ ਕੰਮ ਸ਼ੁਰੂ ਕਰੀਏ। ਕਿਆ ਬਾਤ ਹੈ, ਕਿਆ ਬਾਤ ਹੈ। ਮੈਂ ਉਹ ਬੀਜਾਂ ਵਾਲੀ ਕਿੱਟ ਲਿਆਇਆ ਸੀ ਕਰਤਾਰਪੁਰੋਂ। ਆਹਾ ਆਹਾ, ਲਾ ਕੇ ਹੁਣ ਮੈਂ ਗੋਡੀ ਗੋਡੀ ਕਰ ਰਿਹਾ ਸੀ। ਚਲੋ ਬਹੁਤ ਵਧੀਆ। ਦੇਖੋ ਗੱਲ ਇਹ ਆ ਵੀ ਇਹਦੇ ਨਾਲ ਦੀ ਰੀਸ ਕੋਈ ਨਹੀਂ ਜੀ। ਅੱਛਾ ਤੇ ਡਾਕਟਰ ਸਾਹਿਬ ਆਏ ਆ, ਕੋਈ ਇਹਨਾਂ ਦੀ ਜਾਣ ਪਛਾਣ ਕਰਾਓ ਸਾਨੂੰ। ਹਾਂ ਬਿਲਕੁਲ, ਡਾਕਟਰ ਸਾਹਿਬ ਮੇਰੇ ਕੋਲ ਆ ਗਏ ਸੀ ਸਵੇਰੇ। ਅੱਛਾ। ਮੈਂ ਡਾਕਟਰ ਸਾਹਿਬ ਪਹਿਲਾਂ ਚਾਹ ਪੀਓ। ਹਾਂ ਤੇ ਹੁਣ ਆਪਾਂ ਚੱਲਦੇ ਹਾਂ। ਕਿਆ ਬਾਤ ਹੈ ਨਾ, ਕਿਆ ਬਾਤ ਹੈ। ਕਰਾਈਏ ਡਾਕਟਰ ਸਾਹਿਬ ਇੰਟਰੋਡਕਸ਼ਨ? ਹਾਂ ਹਾਂ ਬਿਲਕੁਲ। ਦੇਖੋ ਜੀ ਡਾਕਟਰ ਹਰਦੇਵ ਸਿੰਘ ਜੀ ਜੀ ਜੋ ਕਿ ਸਹਾਇਕ ਨਿਰਦੇਸ਼ਕ ਨੇ ਹਾਂ ਮੱਛੀ ਪਾਲਣ ਵਿਭਾਗ ਪੰਜਾਬ। ਕਿਆ ਬਾਤ। ਜੋ ਕਿ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸੇਵਾ ਨਿਭਾ ਰਹੇ ਆਪਣੀ ਗੁਰੂ ਨਗਰੀ। ਹਾਂਜੀ ਗੁਰੂ ਜੀ ਨਾਲ। ਕਿਆ ਬਾਤ ਆ, ਕਿਆ ਬਾਤ ਆ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਹੈ ਅੱਛਾ ਆਪਣਾ ਲਪਿੰਦਰ ਜੀ, ਡਾਕਟਰ ਸਾਹਿਬ ਮੈਂ ਕਈ ਵਾਰੀ ਨਾ ਜਦੋਂ ਅਸੀਂ ਕਿਤਾਬਾਂ 'ਚ ਪੜ੍ਹੀਦਾ ਇਹ ਵੀ ਇਤਿਹਾਸ ਆਪਣੇ ਆਪ ਨੂੰ ਦੁਹਰਾਉਂਦਾ ਆ। ਬਿਲਕੁਲ ਬਿਲਕੁਲ ਜੀ ਮਿੱਠਾ ਸਿੰਘ ਜੀ, ਹੈ ਨਾ। ਬਿਲਕੁਲ ਉਦੋਂ ਤਾਂ ਪੜ੍ਹ ਲਈਦਾ ਪਰ ਜਦੋਂ ਫਿਰ ਇਹ ਚੀਜ਼ਾਂ ਅੱਖਾਂ 'ਤੇ ਸਾਹਮਣੇ ਆਉਂਦੀਆਂ ਹੈ ਨਾ, ਬਿਲਕੁਲ ਫਿਰ ਪਤਾ ਲੱਗਦਾ ਵੀ ਵਾਕਈ ਗੱਲ ਸਹੀ ਆ। ਵੀ ਚਲੋ ਮਤਲਬ ਉਹ ਇਤਿਹਾਸ ਸਾਡੇ ਸਾਹਮਣੇ ਨਹੀਂ ਦੁਹਰਾਇਆ ਅਤੇ ਸਾਡੇ ਤੋਂ ਬਾਅਦ ਦੁਹਰਾ ਲਿਆ। ਬਿਲਕੁਲ ਜੀ। ਪਰ ਇਹ ਚੀਜ਼ਾਂ ਤਾਂ ਸਾਡੇ ਸਾਹਮਣੇ ਦੁਹਰਾਈਆਂ ਗਈਆਂ। ਮੈਂ ਗੱਲ ਕਰਨਾ ਚਾਹੁੰਦਾ ਡਾਕਟਰ ਸਾਹਿਬ ਜੀ ਮੋਟੇ ਅਨਾਜ। ਹਾਂ ਮੋਟੇ ਬਿਲਕੁਲ ਹੈ ਮਿੱਠਾ ਸਿੰਘ ਜੀ, ਇਹ ਸਾਡੇ ਮੂਲ ਅਨਾਜ ਸੀ। ਮੂਲ ਅਨਾਜ ਆ, ਅੱਜ ਤੋਂ 2-3 ਦਹਾਕੇ ਪਹਿਲਾਂ ਜੇ ਝਾਤ ਮਾਰੀਏ ਤਾਂ ਅਸੀਂ ਬੀਜਦੇ ਸੀ। ਹਾਂ ਬਿਲਕੁਲ ਜੀ। ਹੈਂ ਜੀ ਖਾਂਦੇ ਵੀ ਸੀ? ਖਾਂਦੇ ਵੀ ਸੀ, ਉਹਦੇ ਬੀਜਦੇ ਸੀ ਅਤੇ ਖਾਂਦੇ ਸੀ, ਅਸੀਂ ਕੀ ਸਾਰੇ ਖਾਂਦੇ ਸੀ। ਬਿਲਕੁਲ। ਪਰ ਵਿੱਚ ਜੇ ਅਸੀਂ ਜਾ ਕੇ ਨਾ ਮੋੜਾ ਪਾ ਲਿਆ ਹੋਰ ਫਸਲਾਂ ਵੱਲ ਬਹੁਤ ਦਿਲ, ਅਤੇ ਹੁਣ ਇਹਦੇ ਜਿਹੜੀਆਂ ਸਾਡੇ ਕੋਲ ਫਸਲਾਂ ਅਸੀਂ ਬੀਜਦੇ ਹਾਂ ਨਾ ਡਾਕਟਰ ਸਾਹਿਬ, ਇਹਦੇ ਨਾਲ ਨੁਕਸਾਨ ਹੋ ਗਿਆ ਜ਼ਿਆਦਾ ਜ਼ਿਆਦਾ। ਬਿਲਕੁਲ ਹੈ ਨਾ, ਧਰਤੀ ਦਾ ਅਤੇ ਸਾਡੀ ਜਿਹੜੀ ਆ ਮਿੱਟੀ ਦਾ ਤਾਂ ਨੁਕਸਾਨ ਹੋਇਆ ਹੀ ਹੋਇਆ, ਸਾਡੇ ਆਪਣੇ ਸਰੀਰਾਂ ਦਾ ਨੁਕਸਾਨ ਬਹੁਤ ਜ਼ਿਆਦਾ। ਅੱਛਾ ਮਿੱਠਾ ਸਿੰਘ ਜੀ, ਜਿਹੜੇ ਮੂਲ ਅਨਾਜ ਨੇ ਜਿਹਨਾਂ ਨੂੰ ਅਸੀਂ ਮਿਲਟਸ ਵੀ ਕਹਿੰਦੇ ਹਾਂ ਜੀ ਜੀ, ਤਾਂ ਇਹਨਾਂ ਦੀ ਪੌਸ਼ਟਿਕ ਵੈਲਿਊ ਬਹੁਤ ਜ਼ਿਆਦਾ, ਬਹੁਤ ਫਾਈਬਰ ਇਹਨਾਂ ਦੇ ਵਿੱਚ ਹੁੰਦਾ, ਔਰ ਦੂਜੀ ਗੱਲ ਜਦੋਂ ਅਸੀਂ ਖੇਤੀ ਕਰਦੇ ਹਾਂ ਇਹਨਾਂ ਨੂੰ ਪਾਣੀ ਬਹੁਤ ਘੱਟ ਲੱਗਦਾ, ਬਹੁਤ ਘੱਟ, ਕਈਆਂ ਨੂੰ ਤਾਂ ਲੱਗਦਾ ਹੀ ਨਹੀਂ, ਕਈਆਂ ਨੂੰ ਲੱਗਦਾ ਹੈ ਨਾ। ਇਸ ਕਰਕੇ ਅਸੀਂ ਚਾਹੁੰਦੇ ਹਾਂ ਬਈ ਇਹ, ਅਸੀਂ ਇਹ ਨਹੀਂ ਕਹਿੰਦੇ ਵੀ ਸਾਰੀ ਖੇਤੀ ਬਦਲ ਦਿਓ ਜੀ, ਪਰ ਆਪਣੀ ਖੇਤੀ 'ਚੋਂ ਆਪਣੀ ਪੈਲੀ 'ਚੋਂ ਕੁਝ ਹਿੱਸਾ ਜਿਹੜਾ ਆ ਉਹ ਸਾਨੂੰ ਮੋਟਾ ਅਨਾਜ ਬੀਜ ਲੈਣਾ ਚਾਹੀਦਾ, ਅਤੇ ਬਾਕੀ ਇਹ ਵੀ ਸਾਡੇ ਕੋਲ ਮਾਹਰ ਬੈਠੇ ਆ ਜੀ। ਔਰ ਮਿੱਠਾ ਸਿੰਘ ਜੀ ਇੱਕ ਹੋਰ ਬੜੀ ਖਾਸ ਗੱਲ ਹੈ, ਇੱਕ ਸਾਡੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਔਰ ਪੂਰੇ ਵਿਸ਼ਵ ਪੱਧਰ 'ਤੇ ਜਿਹੜਾ ਇੰਟਰਨੈਸ਼ਨਲ ਈਅਰ ਆਫ ਮਿਲਟਸ ਵਰਾ 2023 ਮਨਾਇਆ ਜਾ ਰਿਹਾ ਅਤੇ ਇਹ ਜਿਹੜੇ ਵਰੇ ਹੁੰਦੇ ਆ, ਪੰਦਰਵਾੜੇ ਹੁੰਦੇ ਆ, ਮਹੀਨੇ ਹੁੰਦੇ ਆ, ਦਿਨ ਹੁੰਦੇ ਆ, ਇਹੋ ਹੀ ਇਹਨਾਂ ਦੀ ਮਹੱਤਤਾ ਹੁੰਦੀ ਆ ਅਤੇ ਅਸੀਂ ਇਸ ਦਿਨ ਦੇ ਵਿੱਚ ਉਸ ਬਾਰੇ ਗਿਆਨ ਪ੍ਰਾਪਤ ਕਰ। ਬਿਲਕੁਲ ਜੀ। ਅਤੇ ਇਹ ਤਾਂ ਦਿਹਾੜੇ ਹੈ ਹੀ ਨਹੀਂ, ਪੰਦਰਵਾੜੇ ਮਹੀਨੇ ਹੈ ਨਹੀਂ, ਇਹ ਤਾਂ ਪੂਰਾ ਵਰਾ ਹੀ ਆ। ਵਰਾ ਹੀ ਆ, ਬਿਲਕੁਲ ਜੀ। ਤੁਹਾਡੀ ਗੱਲ ਸਹੀ ਆ ਵੀ ਇਹ ਕੌਮਾਂਤਰੀ ਪੱਧਰ 'ਤੇ ਜਿਹੜਾ ਨਾ ਇਹ ਮੋਟੇ ਅਨਾਜ ਦਾ ਮਿਲਟਸ ਦਾ ਜਿਹੜਾ ਸਾਲ ਮਨਾਇਆ ਜਾ ਰਿਹਾ ਅਤੇ ਸਾਨੂੰ ਵੀ ਚਾਹੀਦਾ ਇਹਨੂੰ ਹੁਣ ਅੱਖੋਂ ਓਹਲੇ ਨਾ ਕਰੀਏ, ਨਾ ਕਰੀਏ। ਬਿਲਕੁਲ ਬਿਲਕੁਲ। ਆਪਣੇ ਫਾਇਦੇ ਲਈ ਹੈ ਨਾ, ਮੁਆਸ਼ਰੇ ਦੇ ਫਾਇਦੇ ਲਈ ਬਿਲਕੁਲ ਇਹਨੂੰ ਜਿਹੜਾ ਸਾਨੂੰ ਅਪਣਾਉਣਾ ਚਾਹੀਦਾ। ਜਿਵੇਂ ਮੈਂ ਪਹਿਲਾਂ ਗੱਲ ਕੀਤੀ ਆ ਆਪਣਾ ਲਪਿੰਦਰ ਜੀ ਵੀ ਜ਼ਿਆਦਾ ਰਕਬਾ ਨਾ ਬੀਜੋ, ਥੋੜ੍ਹੇ ਰਕਬੇ ਤੋਂ ਸ਼ੁਰੂਆਤ ਕਰੀਏ। ਹਾਂ, ਪਰ ਇਹ ਸਾਨੂੰ ਸਾਰਿਆਂ ਨੂੰ ਮਿਲ ਕੇ ਜੇ ਅਸੀਂ ਹੱਲਾ ਮਾਰਾਂਗੇ ਅਤੇ ਇਹਦੇ ਵਿੱਚ ਅਸੀਂ ਮੋੜਾ ਚੰਗੇ ਤਰੀਕੇ ਨਾਲ ਪਾ ਸਕਦੇ ਹਾਂ। ਇਸ ਅਨਾਜ ਨੂੰ ਅਸੀਂ ਕੋਧਰਾ ਬੀਜਦੇ ਹੀ ਰਹੇ ਹਾਂ, ਬਿਲਕੁਲ ਬਾਜਰਾ ਬੀਜਦੇ ਹੀ ਰਹੇ ਹਾਂ, ਬਿਲਕੁਲ ਹੈ ਨਾ। ਅੱਛਾ ਇਹਦੇ 'ਚ ਇਹੋ ਹੀ ਆ ਜਿਵੇਂ ਤੁਸੀਂ ਗੱਲ ਦੱਸੀ ਆ ਵੀ ਪਾਣੀ ਘੱਟ ਲੱਗਦਾ ਅਤੇ ਇਹਨਾਂ ਦੇ ਖੁਰਾਕੀ ਤੱਤ ਜਿਹੜਾ ਆ ਸਾਡੀ ਸਿਹਤ ਲਈ ਬਹੁਤ, ਇਹ ਮਨੁੱਖੀ ਸਿਹਤ ਲਈ ਬਹੁਤ ਜ਼ਿਆਦਾ ਫਾਇਦੇਮੰਦ, ਬਚਾਉਂਦੇ ਆ, ਬਿਲਕੁਲ ਬਚਾਉਂਦੇ ਆ। ਅਤੇ ਡਾਕਟਰ ਸਾਹਿਬ ਨਾਲ ਅੱਜ ਅਸੀਂ ਲਪਿੰਦਰ ਜੀ ਜਿਹੜੀ ਗੱਲ ਕਰਨੀ ਆ ਉਹ ਇਹ ਆ ਵੀ ਮੱਛੀ ਪਾਲਣ 'ਚ ਖੁਰਾਕ ਅਤੇ ਪੋਸ਼ਣ ਦੀ ਮਹੱਤਤਾ ਬਹੁਤ ਜ਼ਰੂਰੀ ਆ ਜੀ। ਡਾਕਟਰ ਸਾਹਿਬ ਜੀ ਉਹ ਜੀ ਮਿੱਠਾ ਸਿੰਘ, ਜਦੋਂ ਅਸੀਂ ਮੱਛੀ ਪਾਲਣ ਦੀ ਗੱਲ ਕਰਦੇ ਹਾਂ ਜੀ ਅਤੇ ਸਾਡਾ ਧਿਆਨ ਜਿਹੜਾ ਆ ਸਿੱਧਾ ਵੱਡੇ ਵੱਡੇ ਸਮੁੰਦਰ ਵਾਲੇ ਪਾਸੇ ਚਲਾ ਜਾਂਦਾ ਜਾਂ ਵੱਡੀਆਂ ਵੱਡੀਆਂ ਨਦੀਆਂ ਵਾਲੇ ਪਾਸੇ ਚਲੇ ਜਾਂਦਾ, ਬਿਲਕੁਲ ਉੱਥੇ ਕੋਈ ਖਾਸ ਕੋਈ ਇੰਤਜ਼ਾਮ ਤਾਂ ਨਹੀਂ ਕਰਦਾ ਖੁਰਾਕ ਦਾ, ਬਿਲਕੁਲ ਹੈ ਨਾ, ਉੱਥੇ ਤਾਂ ਮੱਛੀ ਆਪਣੀ ਖੁਰਾਕ ਆਪ ਲੱਭ ਲਈ,
पर असी जिहड़ा तुसी सानू मच्छी पालन दा किता दसदे आ साडे लई मुनाफे वाला आ तलाब असी जिहड़े बनाने आ उहदे च मच्छी पालन वास्ते मच्छी नूं खुराक देना क्यों जरूरी आ? मच्छी नूं खुराक इस करके देनी जरूरी है क्योंकि मच्छी पालन दा धंधा जो आपां कर रहे हां जां करन जा रहे हां ਉਹ ਆਪਾਂ ਮੁਨਾਫੇ ਵਾਸਤੇ ਕਰਨ ਜਾ ਰਹੇ ਹਾਂ। ਮੱਛੀ ਪਾਲਣ ਦਾ ਧੰਦਾ ਇੱਕ ਸਹਾਇਕ ਧੰਦਾ ਵਾ ਖੇਤੀਬਾੜੀ ਦਾ, ਔਰ ਸਾਡਾ ਜਿਹੜਾ ਮੁੱਖ ਮੰਤਵ ਹੈ ਵੱਧ ਤੋਂ ਵੱਧ ਮੁਨਾਫਾ ਲੈਣਾ, ਅਤੇ ਮੁਨਾਫਾ ਤਾਂ ਹੀ ਆਏਗਾ ਜੇ ਸਾਡੀ ਪੈਦਾਵਾਰ ਵੱਧ ਹੋਏਗੀ। ਅਤੇ ਉਹਦੇ ਵਾਸਤੇ ਇਹਨੂੰ ਭੋਜਨ ਚੰਗੀ ਖੁਰਾਕ ਦੇਣੀ ਬਹੁਤ ਜ਼ਰੂਰੀ ਹੈ ਕਿਉਂਕਿ ਚੰਗੀ ਖੁਰਾਕ ਨਾਲ ਹੀ ਇਹਦੀਆਂ ਜਿਹੜੀਆਂ ਜ਼ਰੂਰੀ ਪ੍ਰਕਿਰਿਆਵਾਂ ਨੇ ਸਰੀਰ ਦੀਆਂ ਜਾਂ ਇਸ ਦਾ ਵਿਕਾਸ ਸਰੀਰ ਦਾ ਤਾਂ ਹੀ ਹੋਏਗਾ ਜੇ ਚੰਗਾ ਵਧੀਆ ਭੋਜਨ ਦਿਆਂਗੇ ਆਪਾਂ ਨੂੰ ਜੀ। ਇਸ ਕਰਕੇ ਖੁਰਾਕ ਦਾ ਜਿਹੜਾ ਇਹ ਦੇਣਾ ਬਹੁਤ ਹੀ ਜ਼ਰੂਰੀ ਹੈ ਜ਼ਰੂਰੀ। ਸੋ ਡਾਕਟਰ ਸਾਹਿਬ, ਅੱਜ ਆਪਾਂ ਗੱਲ ਕਰਦੇ ਹਾਂ ਸੰਯੁਕਤ ਖੇਤੀ ਪ੍ਰਣਾਲੀ ਦੀ, ਜਿਹਦੇ ਵਿੱਚ ਆਪਾਂ ਇਹ ਕਹਿ ਰਹੇ ਹਾਂ ਕਿ ਖੇਤੀ ਦੇ ਨਾਲ ਨਾਲ ਜਿਹੜਾ ਮੱਛੀ ਪਾਲਣ ਵੀ, ਪੋਲਟਰੀ ਵੀ ਜਾਂ ਹੋਰ ਜਿਹੜੇ ਸਹਾਇਕ ਕਿੱਤੇ ਉਹਨਾਂ ਨੂੰ ਵੀ ਆਪਾਂ ਸੁਮੇਲ ਕਰਕੇ ਇਕੱਠੇ ਕਰੀਏ ਤਾਂ ਕਿ ਸਾਡੇ ਖਰਚੇ ਵੀ ਘਟਣ, ਸਾਨੂੰ ਪੈਦਾਵਾਰ ਵੀ ਜਿਹੜੀ ਵਧੀਆ ਮਿਲੇ। ਹੁਣ ਮੱਛੀ ਪਾਲਣ ਦੀ ਤੁਸੀਂ ਗੱਲ ਕੀਤੀ ਆ ਵੀ ਖੁਰਾਕ ਦੇਣੀ ਜ਼ਰੂਰੀ ਹੈ, ਬਿਲਕੁਲ ਜਿਹੜੀ ਖੁਰਾਕ ਆਪਾਂ ਦੇਣੀ ਆ ਜਿਹੜੀ ਜ਼ਰੂਰੀ ਆ ਖੁਰਾਕ, ਉਹ ਕਿਸ ਤਰ੍ਹਾਂ ਦੀ ਹੁੰਦੀ ਹੈ? ਜਿਸ ਤਰ੍ਹਾਂ ਕਿ ਤੁਸੀਂ ਗੱਲ ਕੀਤੀ ਕਿ ਸਮੁੰਦਰਾਂ ਦੇ ਵਿੱਚ ਜਾਂ ਕੁਦਰਤੀ ਸਰੋਤਾਂ ਦੇ ਵਿੱਚ ਆਪਾਂ ਨੂੰ ਫੀਡ ਪਾਉਣ ਦੀ ਜ਼ਰੂਰਤ ਨੇਗੀ, ਉੱਥੇ ਕੁਦਰਤੀ ਖੁਰਾਕ ਬਣਦੀ ਹੈ। ਇਸੇ ਤਰ੍ਹਾਂ ਹੀ ਮੱਛੀ ਪਾਲਣ ਦੇ ਵਿੱਚ ਵੀ ਕੁਦਰਤੀ ਖੁਰਾਕ ਵੀ ਤਿਆਰ ਹੁੰਦੀ ਹੈ ਔਰ ਉਪਰੀ ਖੁਰਾਕ ਵੀ ਦਿੱਤੀ ਜਾਂਦੀ ਹੈ। ਅਤੇ ਜਿਹੜੀ ਕੁਦਰਤੀ ਖੁਰਾਕ ਹੈ, ਜਦੋਂ ਵੀ ਆਪਾਂ ਤਲਾਬ ਦੇ ਵਿੱਚ ਪਾਣੀ ਪਾਉਂਦੇ ਹਾਂ ਤਾਂ ਬਹੁਤ ਸਾਰੇ ਜਿਹੜੇ ਸੂਖਮ ਪੌਦੇ ਔਰ ਜੀਵ ਜਿਹੜੇ ਉਹ ਤਿਆਰ ਹੋਣੇ ਸ਼ੁਰੂ ਹੋ ਜਾਂਦੇ ਆ। ਅਤੇ ਜਦੋਂ ਅਸੀਂ ਮੱਛੀ ਪਾਲਣ ਦਾ ਕਿੱਤਾ ਸ਼ੁਰੂ ਕਰਦੇ ਹਾਂ, ਜਦੋਂ ਉਹਦੇ 'ਚ ਪਾਣੀ ਪਾਉਂਦੇ ਹਾਂ ਤਲਾਬ ਦੇ ਵਿੱਚ, ਹੋਰ ਜਿਹੜੀਆਂ ਚੀਜ਼ਾਂ ਜ਼ਰੂਰੀ ਆ ਪਾਉਂਦੇ ਹਾਂ, ਅਤੇ ਉਹ ਕੁਦਰਤੀ ਖੁਰਾਕ ਜਿਹੜੀ ਬਣਨੀ ਸ਼ੁਰੂ ਹੋ ਜਾਂਦੀ ਆ। ਅਤੇ ਡਾਕਟਰ ਸਾਹਿਬ, ਇਹ ਬਣਦੀ ਕਿਵੇਂ ਆ ਅਤੇ ਇਹਦੇ ਹੋਰ ਕੀ ਸਰੋਤ ਕੀ ਆ ਸਾਡੇ ਕੋਲ? ਬਿਲਕੁਲ ਜੀ ਬਿੱਠਾ ਸਿੰਘ ਜੀ, ਇਸ ਤਰ੍ਹਾਂ ਕਿ ਜਿਸ ਤਰ੍ਹਾਂ ਆਪਾਂ ਬਾਕੀ ਫਸਲਾਂ ਉਗਾਉਂਦੇ ਹਾਂ ਉਹਨਾਂ ਵਾਸਤੇ ਜਿਹੜੀਆਂ ਰਸਾਇਣਿਕ ਖਾਦਾਂ ਆਪਾਂ ਪਾਉਂਦੇ ਹਾਂ ਜਾਂ ਜ਼ਰੂਰੀ ਪੌਸ਼ਕ ਤੱਤ ਜਿੱਦਾਂ ਨਾਈਟ੍ਰੋਜਨ ਆ, ਪੋਟਾਸ਼ ਹੈ, ਪੋਟਾਸ਼ੀਅਮ ਹੈ, ਉਹ ਬਹੁਤ ਜ਼ਰੂਰੀ ਹੈ। ਇਸੇ ਤਰ੍ਹਾਂ ਪਾਣੀ ਦੇ ਵਿੱਚ ਵੀ ਜਿਹੜੇ ਸੂਖਮ ਪੌਦੇ ਨੇ ਸਭ ਤੋਂ ਪਹਿਲਾਂ ਉਹ ਤਿਆਰ ਹੁੰਦੇ ਆ, ਉਹਨਾਂ ਵਾਸਤੇ ਵੀ ਐਨ ਪੀ ਕੇ ਖਾਦ ਦੀ ਜ਼ਰੂਰਤ ਹੁੰਦੀ ਹੈ। ਹੁਣ ਜਿਹੜੀ ਇਹ ਨਾਈਟ੍ਰੋਜਨ ਹੈ ਜਾਂ ਪੋਟਾਸ਼ ਹੈ, ਪੋਟਾਸ਼ੀਅਮ, ਇਹ ਜਿਹੜੀਆਂ ਔਰਗੈਨਿਕ ਫਰਟੀਲਾਈਜ਼ਰਸ ਜਾਂ ਜੈਵਿਕ ਖਾਦਾਂ ਆਪਾਂ ਜਿਹਨਾਂ ਨੂੰ ਕਹਿੰਦੇ ਹਾਂ ਉਹਨਾਂ ਤੋਂ ਵੀ ਆਪਾਂ ਲੈ ਸਕਦੇ ਹਾਂ ਅਤੇ ਰਸਾਇਣਿਕ ਖਾਦਾਂ ਤੋਂ ਵੀ ਲੈ ਸਕਦੇ ਹਾਂ। ਜਿਸ ਤਰ੍ਹਾਂ ਜਿਹੜੇ ਆਪਣੇ ਆਮ ਸਰੋਤ ਪਿੰਡਾਂ ਦੇ ਵਿੱਚ ਗੋਬਰ ਆਪਾਂ ਪਸ਼ੂਆਂ ਦਾ ਹੋ ਗਿਆ, ਮੁਰਗੀਆਂ ਦੀਆਂ ਵਿੱਠਾਂ ਹੋ ਗਈਆਂ, ਜਾਂ ਆਪਾਂ ਜੇ ਨਾਲ ਸੂਰਾਂ ਦਾ ਧੰਦਾ ਕਰਦੇ ਹਾਂ ਅਤੇ ਉਹਨਾਂ ਦਾ ਜਿਹੜਾ ਵਿਸ਼ਟਾ ਆ, ਜਾਂ ਆਪਾਂ ਜੇ ਨਾਲ ਬੱਤਖਾਂ ਪਾਲਦੇ ਹਾਂ ਤਾਂ ਉਹਨਾਂ ਦੀਆਂ ਵਿੱਠਾਂ ਵਾਂ, ਇਹ ਸਾਰੀਆਂ ਜਿਹੜੀਆਂ ਨੇ ਇਹ ਨਾਈਟ੍ਰੋਜਨ ਦਾ ਬਹੁਤ ਹੀ ਅੱਛਾ ਤੱਤ ਨੇ, ਇਹ ਪਾ ਕੇ ਆਪਾਂ ਜਿਹੜੀ ਨਾਈਟ੍ਰੋਜਨ ਜਿਹੜੀ ਉਹ ਲੈ ਸਕਦੇ ਹਾਂ। ਇਸ ਤੋਂ ਇਲਾਵਾ ਜਿਸ ਤਰ੍ਹਾਂ ਆਪਾਂ ਸਿੰਗਲ ਸੁਪਰ ਫਾਸਫੇਟ ਖਾਦ ਹੈ ਜਾਂ DAP ਖਾਦ ਹੈ, ਇਹ ਪਾ ਕੇ ਜਿਹੜੇ ਬਾਕੀ ਦੇ ਤੱਤ ਆ, ਪੋਟਾਸ਼ ਆ, ਪੋਟਾਸ਼ੀਅਮ, ਉਹ ਲੈ ਕੇ ਉਹਦੇ ਨਾਲ ਜਿਹੜੇ ਸਾਡੇ ਸੂਖਮ ਪੌਦੇ ਆ ਉਹ ਤਿਆਰ ਹੋ ਜਾਂਦੇ ਆ। ਜਦੋਂ ਸਾਡੇ ਸੂਖਮ ਜਿਹੜੇ ਪੌਦੇ ਤਿਆਰ ਹੋ ਗਏ ਉਸ ਤੋਂ ਬਾਅਦ ਫਿਰ ਸੂਖਮ ਜੀਵ ਜਿਹਨਾਂ ਜੂ ਪਲੈਂਕਟਨ ਕਹਿੰਦੇ ਉਹ ਤਿਆਰ ਹੋ ਜਾਂਦੇ ਆ। ਸੋ ਇਹ ਸੂਖਮ ਪੌਦੇ ਅਤੇ ਸੂਖਮ ਜੀਵ ਜਿਹੜੇ ਹੈ ਇਹ ਮੱਛੀ ਦੀ ਕੁਦਰਤੀ ਖੁਰਾਕ ਹੈ, ਜਿਹਨਾਂ ਵਾਸਤੇ ਸਾਨੂੰ ਨਿਰੰਤਰ ਜਿਹੜੀਆਂ ਜੈਵਿਕ ਖਾਦਾਂ ਅਤੇ ਰਸਾਇਣਿਕ ਖਾਦਾਂ ਜਿਹੜੀਆਂ ਉਹ ਪਾਉਣੀਆਂ ਪੈਂਦੀਆਂ ਨੇ ਤਲਾਬ ਦੇ ਵਿੱਚ। ਡਾਕਟਰ ਸਾਹਿਬ, ਜਦੋਂ ਹੁਣ ਅਸੀਂ ਮੱਛੀ ਨੂੰ ਖੁਰਾਕ ਪਾਉਣੀ ਹੈ, ਬਿਲਕੁਲ ਜੀ, ਉਹਦਾ ਕੋਈ ਸਮਾਂ ਨਿਰਧਾਰਿਤ ਆ ਜਾਂ ਉਹਦੀ ਮਿਕਦਾਰ ਨਿਰਧਾਰਿਤ ਹੈ ਵੀ ਕਿੰਨੀ ਪਾਉਣੀ ਆ ਔਰ ਕਿਸ ਸਮੇਂ 'ਤੇ ਪਾਉਣੀ ਆ? ਦੇਖੋ, ਜਿਹੜੀ ਆਪਾਂ ਇੱਕ ਤਾਂ ਆਪਾਂ ਕੁਦਰਤੀ ਖੁਰਾਕ ਹੈ ਉਹਦੇ ਨਾਲ ਆਪਾਂ ਉਪਰੀ ਖੁਰਾਕ ਦੇਣੀ ਕਿਉਂ ਜ਼ਰੂਰੀ ਹੈ? ਕਿਉਂਕਿ ਅਸੀਂ ਜਿਸ ਤਰ੍ਹਾਂ ਆਪਾਂ ਪਹਿਲੇ ਵੀ ਗੱਲ ਕੀਤੀ ਵੀ ਮੱਛੀ ਪਾਲਣ ਦਾ ਧੰਦਾ ਕਰ ਰਹੇ ਮੁਨਾਫੇ ਵਾਸਤੇ, ਜਦੋਂ ਆਪਾਂ ਸੁਪਰ ਇੰਟੈਂਸਿਵ ਜਾਂ ਸੈਮੀ ਇੰਟੈਂਸਿਵ ਮੱਛੀ ਪਾਲਣੀ, ਮਤਲਬ ਸੰਘਣੀ ਮੱਛੀ ਪਾਲਣੀ ਆ, ਉਹਦੇ ਵਾਸਤੇ ਜਿਹੜੀ ਕੁਦਰਤੀ ਖੁਰਾਕ ਆ ਉਹ ਸਫੀਸ਼ੈਂਟ ਜਾਂ ਕਾਫੀ ਮਾਤਰਾ ਵਿੱਚ ਨਹੀਂ ਹੁੰਦੀ, ਇਸ ਲਈ ਸਾਨੂੰ ਜਿਹੜੀ ਉਪਰੀ ਖੁਰਾਕ ਹੈ ਉਹ ਦੇਣੀ ਬਹੁਤ ਹੀ ਜ਼ਰੂਰੀ ਆ। ਅਤੇ ਉਹਦੇ ਵਾਸਤੇ ਸਾਡਾ ਜਿਹੜਾ ਸਮਾਂ ਵਾ, ਪਹਿਲੀ ਤਾਂ ਗੱਲ ਇਹ ਆ ਵੀ ਆਪਾਂ ਨੂੰ ਉਪਰੀ ਖੁਰਾਕ ਕਿਸ ਤਰ੍ਹਾਂ ਦੀ ਸਾਨੂੰ ਚਾਹੀਦੀ ਆ ਇਹ ਜ਼ਰੂਰੀ ਹੈ। ਸਾਡੇ ਕੋਲ ਬਹੁਤ ਸਾਰੇ ਜਿਹੜੇ ਫੀਡ ਸਟੱਫ ਨੇ ਜਾਂ ਸਮੱਗਰੀ ਆ ਬਾਜ਼ਾਰ ਦੇ ਵਿੱਚ ਉਪਲਬਧ ਆ, ਜਿਵੇਂ ਕਿ ਸਾਡੇ ਕੋਲ ਸਰ੍ਹੋਂ ਦੀ ਖਾਲ ਮਿਲ ਜਾਂਦੀ ਹੈ, ਵੜੇਵਿਆਂ ਦੀ ਖਾਲ ਮਿਲ ਜਾਂਦੀ ਹੈ, ਮੂੰਗਫਲੀ ਦੀ ਖਾਲ ਮਿਲ ਜਾਂਦੀ ਹੈ, ਸੋਇਆਬੀਨ ਦੀ ਖਾਲ ਮਿਲ ਜਾਂਦੀ ਹੈ, ਇਹ ਸਾਰੇ ਹੀ ਪ੍ਰੋਟੀਨ ਦੇ ਬਹੁਤ ਅੱਛੇ ਤੱਤ ਨੇ। ਮੱਛੀ ਨੂੰ ਜੋ ਹੈ ਸਾਡੀ ਜਿਹੜੀ ਕਾਰਪ ਮੱਛੀ ਅਸੀਂ ਆਮ ਤੌਰ 'ਤੇ ਪੰਜਾਬ ਵਿੱਚ ਪਾਲਦੇ ਹਾਂ, ਇਹਦੀਆਂ ਜਿਹੜੀਆਂ ਵੱਖਰੀਆਂ ਵੱਖਰੀਆਂ ਡਿਵੈਲਪਮੈਂਟ ਸਟੇਜਸ ਨੇ ਉਹਦੇ ਅਕੋਰਡਿੰਗਲੀ ਪ੍ਰੋਟੀਨ ਦੀ ਰਿਕੁਆਇਰਮੈਂਟ ਹੁੰਦੀ ਹੈ। ਜਦੋਂ ਬਿਲਕੁਲ ਛੋਟਾ ਬੱਚਾ ਜਿਹਨੂੰ ਆਪਾਂ ਫਰਾਈ ਸਾਈਜ਼ ਕਹਿੰਦੇ ਹਾਂ, ਇਹਨੂੰ 35-40% ਪ੍ਰੋਟੀਨ ਦੀ ਲੋੜ ਹੈ। ਇਸੇ ਤਰ੍ਹਾਂ ਜਿਹੜਾ ਉਸ ਤੋਂ ਵੱਡਾ ਫਰਾਈ ਸਾਈਜ਼ ਜਾਂ ਫਿੰਗਰਲਿੰਗ ਸਾਈਜ਼ ਜਾਂ ਉਸ ਤੋਂ ਉੱਪਰ ਹੈ ਉਸ 'ਤੇ 25-30% ਜਿਹੜੀ ਆ ਉਹ ਪ੍ਰੋਟੀਨ ਦੀ ਲੋੜ ਪੈਂਦੀ ਹੈ। ਇਸੇ ਤਰ੍ਹਾਂ ਇਹਨੂੰ ਕਾਰਬੋਹਾਈਡਰੇਟ ਜਿਹੜੇ ਆ 20-30% ਦੀ ਲੋੜ ਪੈਂਦੀ ਹੈ। ਇਸੇ ਤਰ੍ਹਾਂ ਜਿਹੜਾ ਆਪਣਾ ਫੈਟ ਹੈ 2-4% ਦੀ ਲੋੜ ਹੁੰਦੀ ਹੈ।
ਇਸੇ ਤਰ੍ਹਾਂ ਜਿਹੜਾ ਆਪਣਾ ਮਿਨਰਲ ਮਿਕਸਚਰ ਵਗੈਰਾ ਜਿਹੜੇ ਆ ਧਾਤਾਂ ਦਾ ਚੂਰਾ ਉਹਦੀ ਵੀ ਲੋੜ ਹੈ, ਇਸੇ ਤਰ੍ਹਾਂ ਨਮਕ 0.5% ਆਪਾਂ ਉਹ ਵੀ ਇਹਨੂੰ ਜ਼ਰੂਰਤ ਹੁੰਦੀ ਹੈ। ਸੋ ਇਹ ਸਾਰੀਆਂ ਖੁਰਾਕਾਂ ਜਿਹੜੀਆਂ ਨੇ ਆਪਾਂ ਨੂੰ ਬਾਜ਼ਾਰ ਦੇ ਵਿੱਚ ਬੜਾ ਆਸਾਨੀ ਨਾਲ ਉਪਲਬਧ ਹੋ ਜਾਂਦੀਆਂ ਨੇ। ਇਹਨਾਂ ਨੂੰ ਆਪਾਂ ਮਿਕਸ ਕਰਕੇ ਇੱਕ ਫਾਰਮੂਲਾ ਹੁੰਦਾ ਵਾ, ਉਹਦੇ ਵਿੱਚ ਸਾਨੂੰ ਮਤਲਬ ਪ੍ਰੋਟੀਨ ਕਿੰਨੀ ਚਾਹੀਦੀ ਹੈ, ਕਾਰਬੋਹਾਈਡਰੇਟ ਕਿੰਨੇ ਚਾਹੀਦੇ ਆ, ਉਹਦੇ ਅਕੋਰਡਿੰਗਲੀ ਆਪਾਂ ਇਹਨੂੰ ਇਹਦਾ ਮਿਕਸਚਰ ਬਣਾ ਕੇ ਮੱਛੀ ਨੂੰ ਦੇ ਸਕਦੇ ਹਾਂ। ਸੋ ਇਹਦਾ ਜਿਹੜਾ ਦੇਣ ਦਾ ਸਮਾਂ ਤੁਸੀਂ ਜਿਸ ਤਰ੍ਹਾਂ ਪੁੱਛਿਆ, ਆਮ ਤੌਰ 'ਤੇ ਜਦੋਂ ਸਵੇਰੇ ਸੂਰਜ ਚੜ੍ਹਦਾ ਵਾ ਉਸ ਟਾਈਮ 'ਤੇ ਆਕਸੀਜਨ ਜਿਹੜੀ ਤਲਾਬ ਦੇ ਵਿੱਚ ਵਧਣੀ ਸ਼ੁਰੂ ਹੋ ਜਾਂਦੀ ਹੈ, ਕਿਉਂਕਿ ਤਲਾਬ ਦੇ ਵਿੱਚ ਜਿਹੜਾ ਆਕਸੀਜਨ ਸਾਈਕਲ ਚੱਲਦਾ ਆ ਸੁਬਾਹ ਦੇ ਟਾਈਮ 'ਤੇ ਆਕਸੀਜਨ ਬਿਲਕੁਲ ਘੱਟ ਹੁੰਦੀ ਹੈ। ਉਸ ਤੋਂ ਬਾਅਦ ਜਿਉਂ ਜਿਉਂ ਸੂਰਜ ਚੜ੍ਹਦਾ ਵਾ ਪ੍ਰਕਾਸ਼ ਸੰਸਲੇਸ਼ਨ ਦੇ ਨਾਲ ਫੋਟੋਸਿੰਥੇਸਿਸ ਦੇ ਨਾਲ ਆਕਸੀਜਨ ਵਧਣੀ ਸ਼ੁਰੂ ਹੋ ਜਾਂਦੀ ਹੈ ਔਰ ਸ਼ਾਮ ਤੱਕ ਮੈਕਸੀਮਮ ਹੋ ਜਾਂਦੀ ਹੈ, ਫਿਰ ਉਸ ਤੋਂ ਬਾਅਦ ਘਟਣੀ ਸ਼ੁਰੂ ਹੋ ਜਾਂਦੀ ਹੈ। ਸਵੇਰ ਦੇ ਟਾਈਮ 'ਤੇ ਜਦੋਂ ਆਕਸੀਜਨ ਦਾ ਮਾਤਰਾ ਵਧਣੀ ਸ਼ੁਰੂ ਹੋ ਜਾਂਦੀ ਹੈ ਤਾਂ ਉਸ ਵੇਲੇ ਸਾਨੂੰ ਇਹ ਫੀਡ ਜਿਹੜੀ ਪਾ ਦੇਣੀ ਚਾਹੀਦੀ ਹੈ। ਸਵੇਰ ਦਾ ਟਾਈਮ ਬਹੁਤ ਅੱਛਾ, ਜੇ ਅਸੀਂ ਦੋ ਵਾਰੀ ਫੀਡ ਦੇਣੀ ਹੈ ਤਾਂ ਫਿਰ ਸ਼ਾਮਾਂ ਨੂੰ ਸੂਰਜ ਡੁੱਬਣ ਤੋਂ 1 ਜਾਂ 2 ਘੰਟੇ ਪਹਿਲਾਂ ਫੀਡ ਜਿਹੜੀ ਆ ਦੇ ਦੇਣੀ ਚਾਹੀਦੀ ਹੈ। ਔਰ ਇਹਦੇ ਵਾਸਤੇ ਜਿਹੜਾ ਫੀਡ ਦੇਣ ਦਾ ਤਰੀਕਾ ਆ ਉਹ ਇਹ ਹੈ ਕਿ ਜੇ ਤਲਾਬ ਬਹੁਤ ਜ਼ਿਆਦਾ ਵੱਡਾ ਨਹੀਂ ਕਿ ਤਾਂ ਆਪਾਂ ਇੱਕ ਫਿਕਸ ਸਪੋਟ ਦੇ ਉੱਤੇ ਉਹਨੂੰ ਮੱਛੀ ਦੀ ਫੀਡ ਦੇ ਸਕਦੇ ਹਾਂ। ਜੇ ਤਲਾਬ ਵੱਡਾ ਵਾ ਆਪਾਂ ਇੱਕ ਤੋਂ ਦੋ ਜਗ੍ਹਾ ਜਾਂ ਦੋ ਤੋਂ ਵੱਧ ਜਗ੍ਹਾ 'ਤੇ ਵੀ ਉਹਨੂੰ ਫੀਡ ਜਿਹੜੀ ਆ ਦੇ ਸਕਦੇ ਹਾਂ। ਸੋ ਇਹ ਸਾਡਾ ਤਰੀਕਾ ਵਾ ਇਹਨੂੰ ਫੀਡ ਦੇਣ ਦਾ। ਅਤੇ ਡਾਕਟਰ ਸਾਹਿਬ ਗੱਲ ਇਹ ਆ ਵੀ ਜੇ ਕਿਤੇ ਬੱਦਲਵਾਈ ਹੋ ਜਾਵੇ, ਬਿਲਕੁਲ ਬਿਲਕੁਲ ਵੀ ਸੂਰਜ ਉਦੋਂ ਚੜ੍ਹਦਾ ਹੀ ਨਹੀਂ ਫਿਰ, ਹੈ ਨਾ, ਅਤੇ ਇਹ ਬੱਦਲਵਾਈ ਰਹੇ, ਕਈ ਵਾਰੀ ਤਾਂ ਇੱਦਾਂ ਹੁੰਦਾ ਦੋ ਦੋ ਤਿੰਨ ਤਿੰਨ ਦਿਨ ਬੱਦਲਵਾਈ ਰਹਿੰਦੀ ਆ ਸਾਡੇ, ਮੀਂਹ ਵੀ ਪੈ ਜਾਂਦਾ, ਹੈ ਨਾ, ਉਦੋਂ ਕੋਈ ਖਾਸ ਸਮਾਂ ਨਿਸ਼ਚਿਤ ਹੈ ਵੀ ਉਦੋਂ ਫਿਰ ਕਦੋਂ ਖੁਰਾਕ ਪਾਈ ਹੁਣ ਮੱਛੀ ਭੁੱਖੀ ਤਾਂ ਰੱਖਣੀ ਨਹੀਂ? ਬਿਲਕੁਲ ਮਿੱਠਾ ਸਿੰਘ ਜੀ, ਜਿਸ ਤਰ੍ਹਾਂ ਆਪਾਂ ਗੱਲ ਕੀਤੀ ਹੈ ਕਿ ਤਲਾਬ ਦੇ ਵਿੱਚ ਜਿਹੜਾ ਆਕਸੀਜਨ ਦਾ ਸਰੋਤ ਹੈ ਉਹ ਜਾਂ ਤਾਂ ਜਿਹੜੇ ਸੂਖਮ ਪੌਦੇ ਹੁੰਦੇ ਆ ਜਿਹਨਾਂ ਨੂੰ ਆਪਾਂ ਫਾਈਟੋਪਲੈਂਟਨ ਕਹਿੰਦੇ ਆ ਉਹ ਆ, ਜਾਂ ਜਿਹੜੀ ਹਵਾ ਦੀ ਵਿੰਡ ਐਕਸ਼ਨ ਦੇ ਨਾਲ ਪਾਣੀ ਹਿਲਦਾ ਉਹਦੇ ਨਾਲ ਆਕਸੀਜਨ ਡਿਸੋਲਵ ਹੁੰਦੀ ਹੈ। ਸੋ ਜਦੋਂ ਬੱਦਲਵਾਈ ਹੋਏਗੀ ਅਤੇ ਫੋਟੋਸਿੰਥੇਸਿਸ ਨਹੀਂ ਹੋਏਗੀ, ਪ੍ਰਕਾਸ਼ ਸੰਸਲੇਸ਼ਨ ਨਹੀਂ ਹੋਏਗਾ, ਆਕਸੀਜਨ ਨਹੀਂ ਬਣੇਗੀ। ਸੋ ਉਸ ਟਾਈਮ 'ਤੇ ਜਿਹੜੀ ਆਕਸੀਜਨ ਘਟਣ ਦੇ ਚਾਂਸ ਰਹਿੰਦੇ ਆ, ਇਸ ਟਾਈਮ ਜਦੋਂ ਇਸ ਕਰਕੇ ਜਦੋਂ ਬੱਦਲਵਾਈ ਹੋ ਜਾਂਦੀ ਆ ਉਦੋਂ ਆਪਾਂ ਨੂੰ ਖੁਰਾਕ ਨਹੀਂ ਪਾਉਣੀ ਚਾਹੀਦੀ, ਜਾਂ ਆਪਾਂ ਨੂੰ ਜਿਹੜਾ ਆਕਸੀਜਨ ਵਧਾਉਣ ਵਾਲਾ ਯੰਤਰ ਹੈ ਉਹ ਚਲਾਉਣਾ ਚਾਹੀਦਾ ਜੇ ਖੁਰਾਕ ਆਪਾਂ ਪਾਉਣੀ ਹੈ, ਕਿਉਂਕਿ ਜਦੋਂ ਵੀ ਮੱਛੀ ਨੇ ਖੁਰਾਕ ਵੀ ਖਾਣੀ ਹੈ ਉਹਦੀ ਆਪਣੀ ਵੀ ਆਕਸੀਜਨ ਡਿਮਾਂਡ ਵਧਣੀ ਹੈ। ਅਤੇ ਦੂਜੇ ਪਾਸੇ ਆਕਸੀਜਨ ਜਿਹੜੀ ਤਲਾਬ ਵਿੱਚ ਬਣ ਨਹੀਂ ਰਹੀ ਅਤੇ ਮੱਛੀ ਨੇ ਵੀ ਆਕਸੀਜਨ ਲੈਣੀ ਹੈ, ਮੱਛੀ ਜਦੋਂ ਖੁਰਾਕ ਹੁੰਦੀ ਉਦੋਂ ਆਕਸੀਜਨ ਜ਼ਿਆਦਾ ਉਹਦੀ ਲੋੜ ਹੁੰਦੀ ਲੋੜ ਆ ਅਤੇ ਬਾਕੀ ਜਿਹੜੇ ਜੀਵ ਜੰਤੂ ਹੋਰ ਵੀ ਹੈ ਉਹਨਾਂ ਨੂੰ ਵੀ ਆਕਸੀਜਨ ਦੀ ਲੋੜ ਹੈ, ਇਹ ਕਰਕੇ ਆਕਸੀਜਨ ਦੀ ਜਿਹੜੀ ਆ ਉਹ ਘਾਟ ਤਲਾਬ ਵਿੱਚ ਹੋ ਸਕਦੀ ਆ। ਇਸ ਕਰਕੇ ਜਦੋਂ ਵੀ ਬੱਦਲਵਾਈ ਹੋਵੇ ਖੁਰਾਕ ਪਾਉਣ ਤੋਂ ਗਰੇਜ਼ ਕਰਨਾ ਚਾਹੀਦਾ। ਮੈਂ ਆਮ ਤੌਰ 'ਤੇ ਪਿੰਡਾਂ ਵਿੱਚ ਦੇਖਿਆ ਵੀ ਬੱਤਕਾਂ ਵੀ ਛੱਪੜ 'ਤੇ ਜਾਂ ਕਹਿ ਦਿਓ ਜਾਂ ਤਲਾਬ ਦੇ ਵਿੱਚ ਉਹ ਤਰਦੀਆਂ ਹੁੰਦੀਆਂ, ਜਿਹੜਾ ਇਹ ਜਿਹੜਾ ਜਾਨਵਰਾਂ ਦੀਆਂ ਬਿੱਠਾਂ ਹੈਗੀਆਂ ਆ, ਜਾਂ ਆਪਾਂ ਪਿਗਰੀ ਦੀ ਗੱਲ ਕਰੀਏ ਜਾਂ ਪੋਲਟਰੀ ਦੀ ਗੱਲ ਕਰੀਏ, ਇਹਨਾਂ ਤੋਂ ਵੀ ਸਾਨੂੰ ਕੁਛ ਖੁਰਾਕ ਮਿਲ ਜਾਂਦੀ ਮੱਛੀਆਂ ਨੂੰ? ਬਿਲਕੁਲ ਡਾਕਟਰ ਸਾਹਿਬ, ਜਿਸ ਤਰ੍ਹਾਂ ਆਪਾਂ ਪਹਿਲੇ ਗੱਲ ਕੀਤੀ ਹੈ ਕਿ ਜਿਹੜੀ ਪ੍ਰਾਇਮਰੀ ਪ੍ਰੋਡਕਟੀਵਿਟੀ ਹੈ ਜਿਹੜਾ ਫਾਈਟੋਪਲੈਂਕਟਨ ਹੈ ਉਹਨੂੰ ਵਧਾਉਣ ਵਾਸਤੇ NPK ਦੀ ਜ਼ਰੂਰਤ ਪੈਂਦੀ ਹੈ। ਜੇ ਆਪਾਂ ਨਾਲ ਮੁਰਗੀਆਂ ਪਾਲਦੇ ਹਾਂ ਤਾਂ ਮੁਰਗੀਆਂ ਦਾ ਦੀਆਂ ਵਿੱਠਾਂ ਵਿੱਚ ਬਹੁਤ ਜ਼ਿਆਦਾ ਨਾਈਟ੍ਰੋਜਨ ਹੁੰਦੀ ਹੈ, ਇਸੇ ਤਰ੍ਹਾਂ ਜਿਹੜਾ ਪਸ਼ੂਆਂ ਦਾ ਗੋਬਰ ਹੈ ਉਹਦੇ ਵਿੱਚ ਬਹੁਤ ਜ਼ਿਆਦਾ ਨਾਈਟ੍ਰੋਜਨ ਹੈ, ਜੇ ਸੂਰਾਂ ਦਾ ਵਿਸਥਾ ਆ ਉਹਦੇ ਵਿੱਚ ਕਾਫੀ ਸਾਰਾ ਜਿਹੜਾ ਸੂਰ ਖੁਰਾਕ ਖਾਂਦੇ ਆ ਉਹ ਅਨਡਾਈਜੈਸਟਡ ਰਹਿ ਜਾਂਦੀ ਹੈ ਜਿਹੜੀ ਕਿ ਮੱਛੀ ਦੇ ਕੰਮ ਆਉਂਦੀ ਹੈ। ਸੋ ਇਹਦੇ ਨਾਲ ਜਿਹੜਾ ਸਾਡੀ ਜਿਹੜੀ ਖੁਰਾਕ ਦਾ ਖਰਚਾ ਕਾਫੀ ਹੱਦ ਤੱਕ ਘੱਟ ਸਕਦਾ, ਜੇ ਆਪਾਂ ਮੱਛੀ ਪਾਲਣ ਦੇ ਨਾਲ ਮੁਰਗੀ ਪਾਲਣ ਦਾ ਧੰਦਾ ਕਰਦੇ ਹਾਂ, ਸੂਰ ਪਾਲਣ ਦਾ ਕਰਦੇ ਹਾਂ, ਪਸ਼ੂ ਪਾਲਣ ਦਾ ਕਰਦੇ ਹਾਂ, ਜਾਂ ਬੱਤਖਾਂ ਪਾਲਦੇ ਹਾਂ, ਉਹਨਾਂ ਜਿਹੜੀਆਂ ਬਿੱਠਾਂ ਨੇ ਜਾਂ ਬਾਕੀ ਜਿਹੜਾ ਉਹਨਾਂ ਦਾ ਵਿਸ਼ਟਾ ਆ ਤਲਾਬ ਦੇ ਵਿੱਚ ਕੁਦਰਤੀ ਖੁਰਾਕ ਵਧਾਉਣ ਦੇ ਕੰਮ ਆ ਜਾਂਦਾ। ਅੱਛਾ, ਇੱਕ ਗੱਲ ਹੋ ਰਿਹਾ ਡਾਕਟਰ ਸਾਹਿਬ, ਖੁਰਾਕ ਵੀ ਕਈ ਅਸੀਂ ਜਿਹੜੀਆਂ ਤਿਆਰ ਕਰਦੇ ਹਾਂ ਇੱਕ ਤਾਂ ਪਾਣੀ ਦੀ ਅੰਦਰ ਜਲ ਜਾਂਦੀ ਹੈ, ਬਿਲਕੁਲ ਇੱਕ ਤੈਰਦੀ ਵੀ ਰਹਿੰਦੀ ਆ, ਬਿਲਕੁਲ ਬਿਲਕੁਲ, ਹੈ ਨਾ, ਬਿਲਕੁਲ। ਰਵਿੰਦਰ ਜੀ, ਇਹ ਜਿਹੜੀ ਤੈਰਨ ਵਾਲੀ ਖੁਰਾਕ ਆ, ਬਿਲਕੁਲ, ਇਹਦੇ ਮੱਛੀ ਪਾਲਣ ਦੇ ਕਿੱਤੇ ਦੀਆਂ ਮੱਛੀਆਂ ਨੂੰ ਕੀ ਫਾਇਦਾ ਕੀ ਹੁੰਦਾ ਹੈ? ਜਿਹੜੀ ਉਪਰੀ ਖੁਰਾਕ ਆ ਇਹ ਦੋ ਤਰ੍ਹਾਂ ਦੀ ਹੁੰਦੀ ਆ, ਜਿਹੜੀ ਅੱਜ ਕੱਲ੍ਹ ਬਹੁਤ ਸਾਰੀਆਂ ਕੰਪਨੀਆਂ ਤਿਆਰ ਕਰਦੀਆਂ ਨੇ, ਉਹਦੇ ਵਿੱਚ ਹੁੰਦੀ ਹੈ ਇੱਕ ਸਿੰਕਿੰਗ ਫੀਡ ਜਿਹੜੀ ਕਿ ਥੱਲੇ ਬੈਠ ਜਾਂਦੀ ਹੈ, ਡੁੱਬ ਜਾਂਦੀ ਜਿਹਨੂੰ ਕਹਿੰਦੇ, ਇੱਕ ਹੁੰਦੀ ਆ ਤੈਰਨ ਵਾਲੀ ਜਿਹਨੂੰ ਫਲੋਟਿੰਗ ਫੀਡ ਕਹਿੰਦੇ ਆ ਜੀ। ਜਿਹੜੀ ਸਿੰਕਿੰਗ ਫੀਡ ਹੈ ਉਹਦਾ ਵੀ ਫਾਇਦਾ ਵਾ, ਉਹ ਇੱਕ ਅੱਧਾ ਘੰਟਾ ਜਿਹੜਾ ਵਾ ਉਹ ਪਾਣੀ ਦੇ ਵਿੱਚ ਘੁਲਦੀ ਨੇਗੀ ਅਤੇ ਮੱਛੀ ਉਹਨੂੰ ਕਾਫੀ ਸਮਾਂ ਮਿਲ ਜਾਂਦਾ ਉਹਨੂੰ ਖਾਣ ਵਾਸਤੇ, ਪਰ ਉਹ ਜਦੋਂ ਆਪਾਂ ਜ਼ਿਆਦਾ ਸਮਾਂ ਪਾਉਂਦੇ ਰਹਿੰਦੇ ਹਾਂ ਥੱਲੇ ਉਹ ਸੈਟਲ ਹੋ ਜਾਂਦੀ ਆ, ਉਹ ਕਈ ਵਾਰ ਪਾਣੀ ਦੀ ਕੁਆਲਿਟੀ ਵੀ ਖਰਾਬ ਕਰਦੀ ਆ ਅਤੇ ਆਪਾਂ ਨੂੰ ਇਹ ਵੀ ਨਹੀਂ ਪਤਾ ਲੱਗਦਾ ਵੀ ਮੱਛੀ ਨੇ ਕਿੰਨੀ ਖੁਰਾਕ ਖਾ ਲਈ ਆ ਜਾਂ ਕਿੰਨੀ ਬਚ ਗਈ ਆ, ਕੁਛ ਪਰਸੈਂਟੇਜ ਜਿਹੜਾ ਵੇਸਟੇਜ ਦਾ ਚਾਂਸ ਹਮੇਸ਼ਾ ਰਹਿੰਦਾ ਵਾ। ਜਿਹੜੀ ਫਲੋਟਿੰਗ ਫੀਡ ਹੈ ਇਹਦਾ ਜਿਹੜਾ ਵਾਧਾ ਵਾ ਇਹ ਬਿਲਕੁਲ ਆਪਣੇ ਸਾਹਮਣੇ ਆ,
ये आप जो तालाब पानी आ सू पता लगता भी मच्छी ने किन्नी फीड खाधी आ किन्नी बाकी रह गई आ। जे मच्छी फीड खा गई आ तो आप मात्रा वधा के वेख सकते भी इनू की होर लोड़ आ। जे मच्छी ने फीड कोई छड़ दिती आ तो आप घटा भी सकते हैं, आप इस ढंग प्रबंधन जरा मैनेजमेंट वो कर सकते हैं। एक दे अपनी जी फीड बिल्कुल वेस्ट नहीं होंगी, साडा जोड़ा वेस्ट ही तो खर्चा वो बचता है। दूजा जो पानी में प्रदूषण है वो नहीं होंगे। ये जो पानी की क्वालिटी खराब होने नाल मच्छी की खुराक प्रभावित होंगी है। जे पानी की क्वालिटी खराब हो जाती सानू किदां पता लगे कि पानी की क्वालिटी खराब हो गई है, ज्यादा असी पानी नू बदलीए जां विच इहदे कोई होर चीज़ पाईए जिन्ना ये पानी का जिहड़ा साडा प्रबंध है वो ठीक हो जाए। जिस तरह आपां कुदरती खुराक की गल की है हुण पानी दे विच कुदरती खुराक का सानू किदां पता चलेगा भी ये काफ़ी मात्रा विच है बनी हुई है। उहदे विच असी पानी का जिहड़ा रंग आ उहनूं वेख के कह सकते भी इहदे विच खुराक जिहड़ी काफ़ी है। जदों आपां गोबर पाउणा आ सुपरफासफेट पाउणी है जां डी ए पी खाद पाउणी है उहदे नाल जिहड़ा फाइटो प्लैंकटन उह तैयार होणा है। जदों फाइटो प्लैंकटन तैयार होना वा तालाब के पानी का रंग जिहड़ा वो हरा रंग हो जाना वा। हरे रंग तो सानूं पता लग जाता भी इहदे विच काफ़ी मात्रा जिहड़ी आ कुदरती खुराक बन गई है। जी जे पानी का रंग बहुत ज़्यादा हरा हो गया तो वह साढ़े वास्ते जिहड़ा वा वह हानिकारक हो सकता वा। तो जिहड़ा इह प्लैंकटन है किसी वेले भी क्रैश कर सकता वा, क्योंकि जो रात के वेले इन्हें ऑक्सीजन जी है कंज्यूम करनी दिन के वेले बेशक छड़ता वा, रात के वेले ऑक्सीजन कंज्यूम करता वा तो ये क्रैश हो के तो ऑक्सीजन की डेफिशेंसी जी कर सकता वा जो बहुत ज़्यादा हरिया रंग हो गया वा। जे मतलब पानी का रंग काला हो गया आइटम यदा मतलब ये होंगे कि वो प्लैंकटन जरा डेड हो गया वा। तो वास्ते सानू जड़िया कुछ तरीके होर अपनाने की जरूरत है। सो जो पानी की क्वालिटी खराब होंगी है उदों मच्छी जी स्ट्रेस से आ जाती है। आम तौर पर जो पानी क्वालिटी खराब हो तो ऑक्सीजन घटती है, अमोनिया जोड़ा वो वादा पानी के लक्षण यह है कि मच्छी थोड़ी जी मूँह बहर कटेगी। इस करके सू जी पानी की क्वालिटी जी है उन्होंने मेनटेन करने वास्ते जी खादा वा वो बड़े ध्यान उन्होंने वरतों करनी पी है। हूँ जो पानी के प्लैंकटन बनया वा वो आप चैक कर सकते जिन्ना सानू चाहिए उन्ना हैगा वा। ये वास्ते सानू एक प्लैंकटन नैट है, जे आप 100 लीटर पानी वो बुणागे जे घटो घट 4 ml सानू प्लैंकटन वो चाहिए वा, 4 to 20 ml तक, 10 to 12 ml जो प्लैंकटन तो मतलब बहुत वधिया मात्रा में प्लैंकटन बनया वा। जे मतलब साढ़े को प्लैंकटन नैट नहीं हैगी साढ़े को दूजा तरीका वा कि असी पारदर्शिता वेख लीए। पारदर्शिता जिन्हों आप अंग्रेजी ट्रांसपेरेंसी कहते हैं उहदे वास्ते एक इंस्ट्रूमेंट है जिन्हों आप यंत्र है जिन्हों सैची डिस्क कहिंदे आ। वो पानी डुबो के जे तो साडी पारदर्शिता 20 सेंटीमीटर तो घट है इहदा मतलब भी आपां नूं होर खादां पाउण दी लोड़ नहीं हैगी। अच्छा जी, जे 35 सेंटीमीटर तो वध है तो फिर आपां होर उहदे विच खादां पा सकते हैं ताकि साडा जिहड़ा कुदरती खुराक है वो विच बन सके। सो ये पानी की जिहड़ी ऑब्जरवेशन है इहनूं करना बहुत जरूरी है। अच्छा डॉक्टर साहब, जिवें असी डेयरी का धंधा करते हाँ बिल्कुल वो कई बार साढ़े को समा ऐसा भी आता भी हरा चारा नहीं होंगे तो वो तरीके ढंग सानू महाराज ने दसे आ साइलेज बना लो अचार पा लो जा है ना। इस तरीके जी मच्छी की साड़ी खुराक आनू स्टोर कर सकते हैं बिल्कुल बिल्कुल है ना, ये बारे भी थोड़ा जहा सू चानना पा बिल्कुल। मिठा सिंह थोड़े हरे चारे तो मैं एक गल होर याद आई कि मच्छी जिस तरह कुदरती खुराक असं तैयार करते हैं इस तरह साड़िया मच्छियों में एक मच्छी ग्रास कार्प है जिड़ी कि बरसीन खा लेती है जी, असं उन्होंने बरसीन दे सकते हैं। अच्छा, इस तरह ही जोड़े साढ़े किसान भीर कोई पंचायती छप्पड़ा के मच्छी पालन धंधा करते हैं तो पंचायती छप्पड़ा के एक बूटी होंगी है स्पैरोडेला लैमना वो असं तैयार करके मच्छी दे सकते हैं जी। इस तरह ही एक होर बूटी है जिन्होंने अजोला कहें। अच्छा जी, जिड़े आप अपनी जमीन छप्पड़ बनाए हैं तालाब बनाए हैं उन्होंने किनारे आप जी एक खड्डा पुट के वो अजोला कल्चर कर सकते हैं। अजोला जोड़ा सीधा नाइट्रोजन फिक्स करता वा हवा के ये प्रोटीन की मात्रा कार्बोहाइड्रेट्स काफ़ी ज़्यादा होंगी है ये असी जी मच्छी दे सकते हैं। हम गल जो आप मच्छी खुराक पानी है सुभाविक है कोई ना कोई वो आप साइज फिक्स किया होगा माहिर ने जो ग्रेन का साइज है वो इन्ना होना चाहिए ता कि जी खुराक है मच्छी उन्होंने ईजीली डायजेस्ट कर ले। साइज की है ग्रेन का
एक डॉक्टर साहब नाल इहदे होर सवाल जुड़िया होया कि जदों जिहड़ा पानी तुसीं दस्सिया वी उह पानी बहुत ज़्यादा उह तत्त हुंदे ने उपजाऊ तत्त हुंदे ने जिहड़े साडी खेती लई बहुत लाहेवंद है उह पानी जे असीं खेती नूं लाउणा जिहड़ा इह तलाब दा पानी आ उहदे सानूं की फायदे आ ਅਤੇ ਸਾਡਾ ਜਿਹੜਾ ਸਾਈਜ਼ ਆ ਗਰੇਨ ਦਾ ਉਹ ਕਿੰਨਾ ਕੁ ਹੋਣਾ ਚਾਹੀਦਾ ਬਿਲਕੁਲ ਲਵਿੰਦਰ ਜੀ ਜਿਹੜਾ ਤੁਸੀਂ ਪੁੱਛਿਆ ਵੀ ਆਪਾਂ ਨੂੰ ਖੇਤੀ ਨੂੰ ਪਾਣੀ ਲਾਉਣਾ ਵਾ ਕਿਉਂਕਿ ਜਿਸ ਤਰ੍ਹਾਂ ਆਪਾਂ ਗੱਲ ਕੀਤੀ ਵੀ ਕਾਫੀ ਮਾਤਰਾ ਦੇ ਵਿੱਚ ਰਸਾਇਣਿਕ ਅਤੇ ਜੈਵਿਕ ਖਾਦਾਂ ਪਾਉਂਦੇ ਹਾਂ ਇਸ ਤੋਂ ਇਲਾਵਾ ਜਿਹੜੀ ਮੱਛੀ ਨੇ ਫੀਡ ਖਾਣੀ ਆ ਉਹਦਾ ਵੀ ਜਿਹੜਾ ਵਿਸ਼ਟਾ ਉਹ ਤਲਾਅ ਦੇ ਵਿੱਚ ਹੁੰਦਾ ਵਾ ਉਹ ਫਿਰ ਜਿਹੜਾ ਪਾਣੀ ਆ ਉਹ ਬੜਾ ਉਪਜਾਊ ਪਾਣੀ ਹੋ ਜਾਂਦਾ ਵਾ ਜਦੋਂ ਆਪਾਂ ਸੰਘਣੀ ਮੱਛੀ ਪਾਲਣ ਕਰਦੇ ਹਾਂ ਤਾਂ ਉਹਦਾ ਕੁਛ ਹਿੱਸਾ ਪਾਣੀ ਸਾਨੂੰ 10 ਤੋਂ 15 ਦਿਨ ਬਾਅਦ ਉਹ ਬਦਲਣਾ ਪੈਂਦਾ ਉਹ ਜਿਹੜਾ ਪਾਣੀ ਜੇਕਰ ਅਸੀਂ ਖੇਤਾਂ ਨੂੰ ਲਾ ਦਈਏ ਤਾਂ ਜਿਹੜੀ ਸਾਡੀ ਉੱਥੇ ਐਨ ਪੀ ਕੇ ਦੀ ਲੋੜ ਹੈ ਖੇਤਾਂ ਨੂੰ ਫਸਲਾਂ ਨੂੰ ਜਿਹੜੀ ਲੋੜ ਆ ਉਹ ਸਾਡੀ ਘੱਟ ਸਕਦੀ ਹੈ ਅਤੇ ਉਹ ਲਵਿੰਦਰ ਜੀ ਨੇ ਪੁੱਛਿਆ ਜੀ ਉਹ ਜਿਹੜਾ ਸਾਈਜ਼ ਕਿੰਨਾ ਕੁ ਹੋਣਾ ਚਾਹੀਦਾ ਗਰੇਨ ਦਾ ਬਿਲਕੁਲ ਸਾਈਜ਼ ਜੋ ਤੁਸੀਂ ਪੁੱਛਿਆ ਵਾ ਫੀਡ ਦਾ ਮੱਛੀ ਨੂੰ ਜਿਹੜੀ ਆਪਾਂ ਫੀਡ ਦਿੰਦੇ ਹਾਂ ਇੱਕ ਤਾਂ ਫੈਕਟਰੀ ਮੇਡ ਫੀਡ ਹੁੰਦੀ ਹੈ ਜੇ ਫੈਕਟਰੀ 'ਚੋਂ ਬੰਦ ਕੇ ਹੁੰਦੀ ਹੈ ਜੀ ਇੱਕ ਫੀਡ ਜਿਹੜੀ ਆਪਾਂ ਉੱਥੇ ਤਿਆਰ ਕਰਦੇ ਆਪਣੇ ਫਾਰਮ 'ਤੇ ਕਿਸਾਨ ਤਿਆਰ ਕਰ ਲੈਂਦਾ ਵਾ ਜਦੋਂ ਬਿਲਕੁਲ ਆਂਡੇ ਵਿੱਚੋਂ ਸਪਾਨ ਨਿਕਲਦਾ ਪਹਿਲੇ ਠੀਕ ਹੈ ਜੀ ਉਹਨੂੰ ਆਪਾਂ ਫਰਾਈ ਕਹਿੰਦੇ ਹਾਂ ਉਹਨੂੰ ਬਿਲਕੁਲ ਜਿਹੜਾ ਫੀਡ ਹੈ ਇੱਕ ਤਾਂ ਕੁਦਰਤੀ ਖੁਰਾਕ ਦੀ ਲੋੜ ਹੁੰਦੀ ਹੈ ਜਿਹੜੀ ਆਪਾਂ ਦੂਜੀ ਫੀਡ ਦੇਣੀ ਹੈ ਉਹਦਾ ਸਾਈਜ਼ 1 mm ਤੋਂ ਘੱਟ ਹੋਣਾ ਚਾਹੀਦਾ ਬਰੀਕ ਹੋਣਾ ਚਾਹੀਦਾ ਜਾਂ ਇਸ ਤੋਂ ਜਦੋਂ ਵੱਡਾ ਸਾਈਜ਼ ਹੋ ਜਾਂਦਾ ਵਾ ਫਰਾਈ ਤੋਂ ਫਿਰ ਫਿੰਗਰਲਿੰਗ ਹੁੰਦੀ ਆ ਫਿੰਗਰਲਿੰਗ ਤੋਂ ਫਿਰ ਉੱਪਰ ਆਪਣੇ ਜਿਹਨੂੰ ਆਪਾਂ ਗਰੋਵਰ ਕਹਿ ਦਿੰਦੇ ਹਾਂ ਜਾਂ ਵੱਡਾ ਸਾਈਜ਼ ਹੋ ਜਾਂਦਾ ਵਾ ਕੱਦ ਵਧੀ ਜਾਂਦਾ ਵਾ ਉਹਦੇ ਵਾਸਤੇ ਆਪਾਂ 1 ਤੋਂ 4 mm ਜਿਹੜਾ ਉਹ ਰੱਖ ਸਕਦੇ ਰੱਖ ਪੈਲਟ ਸਾਈਜ਼ ਜਿਹੜਾ ਵਾ ਗੋਲੀਆਂ ਸਾਈਜ਼ ਉਹਨਾਂ ਰੱਖ ਸਕਦੇ ਡਾਕਟਰ ਸਾਹਿਬ ਵੈਸੇ ਤਾਂ ਤੁਸੀਂ ਸਾਰਾ ਕੁਝ ਸਾਨੂੰ ਦੱਸੀ ਜਾਂਦੇ ਹੋ ਪਰ ਕਈ ਵਾਰੀ ਕੀ ਹੁੰਦਾ ਵੀ ਕੋਈ ਗੱਲਾਂ ਰਹਿ ਜਾਂਦੀਆਂ ਹੈ ਨਾ ਅਤੇ ਅਸੀਂ ਇਹਨਾਂ ਗੱਲਾਂ ਨੂੰ ਜੇ ਅਮਲੀ ਜਾਮਾ ਪਹਿਨਾਉਣਾ ਹੋਵੇ ਅਤੇ ਇਹ ਤੁਹਾਡਾ ਵਿਭਾਗ ਜਿਹੜਾ ਇਹ ਕੋਈ ਸਾਨੂੰ ਟ੍ਰੇਨਿੰਗ ਦਿੰਦਾ ਜੇ ਦਿੰਦਾ ਤਾਂ ਉਹ ਕਿਸ ਤਰੀਕਾ ਕੀ ਆ ਸਾਨੂੰ ਉਹ ਟ੍ਰੇਨਿੰਗ ਲੈਣ ਦਾ ਬਿਲਕੁਲ ਜੀ ਮਿੱਠਾ ਸਿੰਘ ਜੀ ਸਾਡੇ ਮੱਛੀ ਪਾਲਣ ਵਿਭਾਗ ਵੱਲੋਂ ਹਰ ਜ਼ਿਲ੍ਹੇ ਦੇ ਵਿੱਚ ਹਰ ਮਹੀਨੇ 5 ਦਿਨਾਂ ਦਾ ਇੱਕ ਟ੍ਰੇਨਿੰਗ ਕੋਰਸ ਜਿਹੜਾ ਸ਼ੁਰੂ ਕੀਤਾ ਜਾਂਦਾ ਵਾ ਇਹਦੀਆਂ ਜਿਹੜੀਆਂ ਡੇਟਾਂ ਫਿਕਸ ਨੇ ਉਹ ਮੁੱਖ ਦਫ਼ਤਰ ਵੱਲੋਂ ਸਾਰੇ ਹੀ ਜ਼ਿਲ੍ਹਾ ਦਫ਼ਤਰਾਂ ਨੂੰ ਭੇਜੀਆਂ ਜਾਂਦੀਆਂ ਨੇ ਕੋਈ ਵੀ ਚਾਹਵਾਨ ਕਿਸਾਨ ਵੀਰ ਜਾਂ ਕੋਈ ਵੀ ਚਾਹਵਾਨ ਵਿਅਕਤੀ ਜਿਹੜਾ ਵੀ ਮੱਛੀ ਪਾਲਣ ਧੰਦਾ ਕਰਨਾ ਚਾਹੁੰਦਾ ਵਾ ਉਹ ਸਾਡੇ ਦਫ਼ਤਰ ਆ ਕੇ ਸਾਡੇ ਕੋਲ ਟ੍ਰੇਨਿੰਗ ਲੈ ਸਕਦਾ 5 ਦਿਨ ਦੀ ਉਹਦੇ ਵਿੱਚ ਅਸੀਂ ਸਾਰਾ ਹੀ ਮਤਲਬ ਮੱਛੀ ਪਾਲਣ ਧੰਦਾ ਸ਼ੁਰੂ ਕਰਨ ਤੋਂ ਉਹਦਾ ਸਾਂਭ ਸੰਭਾਲ ਤੋਂ ਲੈ ਕੇ ਉਹਦਾ ਮੰਡੀਕਰਨ ਤੱਕ ਪੂਰੀ ਅਸੀਂ ਉਹਦੀ ਟ੍ਰੇਨਿੰਗ ਦਿੰਦੇ ਹਾਂ ਜੀ ਜੀ ਸਿੰਘ ਜੀ ਅੱਜ ਜਦੋਂ ਮੈਂ ਆਉਣ ਲੱਗਾ ਸੀ ਨਾ ਹਾਂਜੀ ਹਾਂਜੀ ਆਪਣੇ ਉਹ ਕਰਤਾਰੇ ਦਾ ਮੁੰਡਾ ਚਿੰਤਾ ਅੱਛਾ ਤੇ ਮੈਨੂੰ ਕਹਿੰਦਾ ਡਾਕਟਰ ਸਾਹਿਬ ਵੀ ਤੁਸੀਂ ਅੱਜ ਗੱਲਬਾਤ ਕਰਨੀ ਮੱਛੀ ਪਾਲਣ ਬਾਰੇ ਮੈਂ ਡਾਕਟਰ ਸਾਹਿਬ ਨੂੰ ਪੁੱਛਿਓ ਮੈਂ ਸ਼ੁਰੂ ਕਰਨਾ ਹੈ ਉਹ ਕੁੜੀ ਵਾਲੇ ਖੇਤਾਂ 'ਚ ਬਈ ਸਰਕਾਰੀ ਸਹਾਇਤਾ ਕੀ ਆ ਅਤੇ ਕਿੰਨਾ ਕੁ ਸਾਈਜ਼ ਤੋਂ ਸ਼ੁਰੂਆਤ ਕਰੀ ਖਾਸ ਤੌਰ 'ਤੇ ਕਿਉਂਕਿ ਅੱਜ ਅਸੀਂ ਖੁਰਾਕ ਦੀ ਗੱਲ ਕਰਦੇ ਹਾਂ ਵੀ ਖੁਰਾਕ ਤਿਆਰ ਕਰਨ 'ਚ ਸਾਨੂੰ ਕੋਈ ਸਰਕਾਰੀ ਸਹਾਇਤਾ ਮਿਲਦੀ ਆ ਬਿਲਕੁਲ ਬਿਲਕੁਲ ਮਿੱਠਾ ਸਿੰਘ ਜੀ ਕੇਂਦਰ ਸਰਕਾਰ ਵੱਲੋਂ ਪ੍ਰਧਾਨ ਮੰਤਰੀ ਮਤਸਿਆ ਯੋਜਨਾ ਸ਼ੁਰੂ ਕੀਤੀ ਗਈ ਹੈ ਜੀ ਸਾਲ 2020 ਤੋਂ ਲੈ ਕੇ ਸਾਲ 2024-25 ਤੱਕ ਜਿਹੜੀ ਕਿ 5 ਸਾਲ ਵਾਸਤੇ ਚੱਲੂਗੀ ਇਹ ਇੱਕ ਸੈਂਟਰੀ ਸਪੋਂਸਰਡ ਸਕੀਮ ਆ ਜਿਹੜੀ ਕਿ ਪੰਜਾਬ ਸਰਕਾਰ ਔਰ ਕੇਂਦਰ ਸਰਕਾਰ ਸਾਂਝੇ ਤੌਰ 'ਤੇ ਚਲਾ ਰਹੀਆਂ ਨੇ ਇਹਦੇ ਵਾਸਤੇ ਜਿਹੜਾ ਮੱਛੀ ਪਾਲਣ ਦਾ ਬੁਨਿਆਦੀ ਢਾਂਚਾ ਵਾ ਉਹਨੂੰ ਵਿਕਸਿਤ ਕਰਨ ਦੇ ਉੱਤੇ ਬਹੁਤ ਜ਼ੋਰ ਦਿੱਤਾ ਜਾ ਰਿਹਾ ਜੀ ਅੱਜ ਜਿਸ ਤਰ੍ਹਾਂ ਆਪਾਂ ਜਿਹੜਾ ਵਿਚਾਰ ਵਟਾਂਦਰਾ ਕਰ ਰਹੇ ਹਾਂ ਉਹ ਖੁਰਾਕ 'ਤੇ ਕਰ ਰਹੇ ਹਾਂ ਅਤੇ ਖੁਰਾਕ ਦਾ ਬਹੁਤ ਹੀ ਮਹੱਤਵ ਹੈ ਇਹਦੇ ਵਿੱਚ ਮੱਛੀ ਪਾਲਣ ਦੇ ਧੰਦੇ ਵਿੱਚ ਸੋ ਖੁਰਾਕ ਵਾਸਤੇ ਜਿਹੜੀ ਆਪਾਂ ਫੀਡ ਤਿਆਰ ਕਰਨੀ ਆ ਉਹਦੇ ਵਾਸਤੇ ਸਾਡੀ ਪ੍ਰਧਾਨ ਮੰਤਰੀ ਮਤਸਿਆ ਯੋਜਨਾ ਦੇ ਵਿੱਚ ਸਾਨੂੰ ਬਹੁਤ ਜਿਹੜੀ ਹੈ ਵਿੱਤੀ ਸਹਾਇਤਾ ਅਸੀਂ ਜ਼ਿੰਮੇਦਾਰਾਂ ਨੂੰ ਦੇ ਰਹੇ ਹਾਂ ਉਹਦੇ ਵਾਸਤੇ ਜਿਸ ਤਰ੍ਹਾਂ ਕਿਸੇ ਵੀ ਕਿਸਾਨ ਵੀਰ ਨੇ ਕੋਈ ਫੀਡ ਮਿਲ ਲਾਉਣੀ ਹੈ ਜਿਹੜੀ ਕਿ ਸਮਾਲ ਸਕੇਲ 'ਤੇ ਛੋਟੇ ਪੱਧਰ 'ਤੇ ਹੈ ਜਿਹਦੀ ਪੈਦਾਵਾਰ ਕਪੈਸਿਟੀ ਜਾਂ ਪ੍ਰੋਡਕਸ਼ਨ ਕਪੈਸਿਟੀ 2 ਟਨ 1 ਦਿਨ ਦੀ ਹੈ ਉਹਦੀ ਜਿਹੜੀ ਲਾਗਤ ਕੀਮਤ ਹੈ ਉਹ 30 ਲੱਖ ਰੁਪਈਏ ਹੈ ਜੀ ਜੀ ਇਸੇ ਤਰ੍ਹਾਂ ਜਿਹੜੀ ਮੀਡੀਅਮ ਸਾਈਜ਼ ਦੀ ਤੁਸੀਂ ਲਾਉਣੀ ਹੈ ਉਹਦੀ ਪ੍ਰੋਡਕਸ਼ਨ ਕਪੈਸਿਟੀ ਹੈ 8 ਟਨ ਪ੍ਰਤੀ ਦਿਨ ਦੀ ਜਾਂ ਉਹਦੀ ਜਿਹੜੀ ਕੀਮਤ ਹੈ ਉਹ ਹੈਗੀ ਹੈ ਲਗਭਗ 1 ਕਰੋੜ ਰੁਪਈਆ ਜੇ ਤੁਸੀਂ ਇਸ ਤੋਂ ਵੀ ਵੱਡੇ ਲੈਵਲ 'ਤੇ ਲਾਉਣੀ ਹੈ ਜੋ ਕਿ ਲਗਭਗ 20 ਟਨ ਪ੍ਰਤੀ ਦਿਨ ਉਹਦੀ ਪ੍ਰੋਡਕਸ਼ਨ ਕਪੈਸਿਟੀ ਹੈ ਉਹ ਹੈਗੀ 2 ਕਰੋੜ ਰੁਪਈਏ ਦੀ ਇਹਨਾਂ ਸਾਰਿਆਂ ਦੀ ਲਾਗਤ ਦੇ ਉੱਤੇ ਸਰਕਾਰ ਵੱਲੋਂ ਸਬਸਿਡੀ ਦਿੱਤੀ ਜਾਂਦੀ ਹੈ ਅੱਛਾ ਜੀ ਜਿਹੜੀ ਕਿ ਆਮ ਵਰਗ ਵਾਸਤੇ 40% ਹੈ ਅੱਛਾ ਅਨੁਸੂਚਿਤ ਜਾਤੀ ਔਰ ਜਿਹੜੀ ਔਰਤ ਵਰਗ ਹੈ ਉਹਨਾਂ ਵਾਸਤੇ 60% ਹੈ ਅੱਛਾ ਸੋ ਇਹ ਲਾਭ ਜਿਹੜਾ ਇਹ ਕਿਸਾਨ ਵੀਰ ਜਿਹੜਾ ਲੈ ਸਕਦੇ ਆ ਇਸ ਤੋਂ ਇਲਾਵਾ ਮਿੱਠਾ ਸਿੰਘ ਜੀ ਮੈਂ ਇੱਕ ਜ਼ਰੂਰੀ ਹੋਰ ਆਪ ਜੀ ਨੂੰ ਦੱਸਣਾ ਚਾਹੁੰਦਾ ਵਾਂ
कई किसान भीर जिन्होंने अपने प्लेटफॉर्म के फीड तैयार करनी है उन्हां दी सुविधा वास्ते साढ़े मानयोग मंत्री पशु पालन मच्छी पालन डेयरी विकास विभाग सरदार लाल जी सिंह भुल्लर जी ते साढ़े प्रमुख सकत्तर पंजाब सरकार पशु पालन मच्छी पालन विभाग जी वल्लों ये आदेश जारी होए हन कि जिहड़ियां साडियां सरकारी फार्मां ते फीड मिलां लगियां ने साढ़े को इस वेले 11 मिनी फीड मिलां लगियां ने उन्हां उपर असी किसानां नूं फीड तैयार करके दे सकते हैं जी जी उहदे वास्ते कुछ शर्तां ने कि किसान अपनी जिहड़ी फीड की समगरी वो आप लैके आएगा उहदा लोडिंग अनलोडिंग किसान नूं करनी पएगी ते घटो घट जे 2 क्विंटल फीड डेली उन्हें तैयार करवानी आ ते पहला बुकिंग करा के साडे को फीड तैयार करवा सकता वा तो उहदे बहुत ही सस्ते रेट ते असीं तैयार करके दिंदे आ जे तुसीं पाउडर फॉर्म विच फीड तैयार करवानी आ उहदा रेट सिर्फ 1 रुपये प्रति किलो आ वाहिगुरू जे तुसीं सिंकिंग फीड तैयार करवानी है वह 2 रुपए किलो आ जे तुसीं फ्लोटिंग फीड तैयार करवानी है वह 5 रुपए प्रति किलो आ जी सो किसान भीर इहदा भी फायदा लै सकदे सो अपना ते अपने परिवार का ध्यान रखो वेखते रहो DD पंजाबी हुण सानूं इजाजत दिओ डॉक्टर साहब बहुत बहुत शुक्रिया ते जय हिंद जी जय हिंद बेटा सिंह।